ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੀ ਤੁਹਾਡਾ ਸਾਰਿਆਂ ਦਾ ਸਾਹਿਲ ਵਿਡੋਲੀਆ। ਦੋਸਤੋ, ਸੰਗੀਤ ਦੀਆਂ ਰਾਹਾਂ 'ਤੇ ਚੱਲਣ ਵਾਲੇ ਖਾਸ ਕਲਾਕਾਰਾਂ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਂਦਾ ਹਾਂ ਇਸ ਸ਼ੋਅ ਦੇ ਵਿੱਚ। ਨਾਮ ਹੈ ਜੀ ਜਿਸਦਾ, PTC ਸਪੋਟਲਾਈਟ। ਦੋਸਤੋ, ਅੱਜ ਮੇਰੇ ਸ਼ੋਅ ਵਿੱਚ ਮੇਰਾ ਖਾਸ ਮਹਿਮਾਨ ਹੈ ਸ਼ਹਿਰ ਪਟਿਆਲੇ ਦੇ ਪਿੰਡ ਹਰੀਗੜ੍ਹ ਦਾ ਉਹ ਗੱਭਰੂ ਨੌਜਵਾਨ ਮੁੰਡਾ ਜਿਸ ਨੂੰ ਸੰਗੀਤ ਦੀ ਗੁੜਤੀ ਵਿਰਸੇ ਵਿੱਚ ਮਿਲੀ ਅਤੇ ਉਹਨਾਂ ਦੀ ਪਹਿਲੀ ਐਲਬਮ ਯਾਦ ਦਾ ਹਰ ਟਰੈਕ ਮਿਊਜ਼ਿਕ ਲਵਰਸ ਨੂੰ ਯਾਦ ਹੈ ਅਤੇ ਅੱਜ ਕੱਲ੍ਹ ਆਪਣੇ ਨਵੇਂ ਟਰੈਕ 13 ਮੇਰਾ ਨਾਂ ਦੇ ਨਾਲ ਕਾਫੀ ਚਰਚਾ ਵਿੱਚ ਹਨ। ਨਾਮ ਹੈ ਜੀ ਉਹਨਾਂ ਦਾ ਹਰਵਿੰਦਰ ਹੈਰੀ ਅਤੇ ਆਓ ਜੀ ਫਿਰ ਹਰਵਿੰਦਰ ਹੈਰੀ ਦੇ ਮਿਊਜ਼ੀਕਲ ਸਫ਼ਰ 'ਤੇ ਪਾਉਂਦੇ ਹਾਂ ਸਪੋਟਲਾਈਟ। ਸਤਿ ਸ਼੍ਰੀ ਅਕਾਲ ਹਰਵਿੰਦਰ ਹੈਰੀ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਹਾਨੂੰ ਅਤੇ ਸਾਰੇ PTC ਦੇਖ ਰਹੇ ਸਰੋਤਿਆਂ ਨੂੰ ਮੇਰੇ ਵੱਲੋਂ, ਜਾਣੀ ਕਿ ਤੁਹਾਡੇ ਆਪਣੇ ਹਰਵਿੰਦਰ ਹੈਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਤੁਹਾਡਾ ਵੀ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ PTC ਸਪੋਟਲਾਈਟ ਦੇ ਵਿੱਚ। ਥੈਂਕ ਯੂ ਰਵਿੰਦਰ ਹੈਰੀ ਜੀ। ਇਹ ਤਾਂ ਸਾਨੂੰ ਪਤਾ ਹੀ ਹੈ ਕਿ ਜੋ ਵੀ ਤੁਸੀਂ ਟਰੈਕ ਮਾਰਕੀਟ ਦੇ ਵਿੱਚ ਲੈ ਕੇ ਆਏ ਹੋ ਉਸਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ, ਪਰ ਤੁਹਾਡੇ ਜੇ ਸਿੰਗਿੰਗ ਕਰੀਅਰ ਦੇ ਬਾਰੇ ਮੈਂ ਪੁੱਛਾਂ ਕਿ ਸ਼ੁਰੂਆਤ ਕਿਸ ਤਰ੍ਹਾਂ ਹੋਈ ਤਾਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਦੱਸਣਾ ਚਾਹੂੰਗਾ ਜੀ, ਮੇਰੇ ਡੈਡੀ ਸਵਰਗਵਾਸੀ ਸਰਦਾਰ ਗੁਲਜਾਰ ਸਿੰਘ ਚਮਕੀਲਾ ਜੀ, ਜੋ ਕਿ ਰਾਗੀ ਵੀ ਸੀਗੇ, ਢਾਡੀ ਵੀ ਸੀਗੇ। ਅੱਛਾ ਜੀ, ਪਿੰਡ ਦੇ ਵਿੱਚ? ਹਾਂਜੀ ਹਾਂਜੀ। ਅਤੇ ਫਾਦਰ ਸਾਹਿਬ ਤੋਂ ਹੀ ਸਾਰਾ ਕੁਝ ਸਿੱਖਿਆ ਜੀ। ਓਕੇ। ਅਤੇ ਉਹਨਾਂ ਦੀ ਕਿਰਪਾ ਹੋਈ ਤਾਂ ਇਸ ਲਾਈਨ ਦੇ ਵਿੱਚ ਆਏ। ਮਤਲਬ ਸ਼ੁਰੂ ਤੋਂ ਹੀ ਮਿਊਜ਼ੀਕਲ ਮਾਹੌਲ ਸੀਗਾ ਜੀ, ਘਰ ਦੇ ਵਿੱਚ ਮਾਹੌਲ ਸੀਗਾ ਜੀ। ਤੇ ਓਕੇ, ਤੇ ਤੁਹਾ ਇਹ ਤਾਂ ਸੀ ਫਾਦਰ ਸਾਹਿਬ ਦੀ ਗੱਲ, ਕੀ ਤੁਹਾਡੇ ਦਾਦਾ ਜੀ ਵੀ ਮਿਊਜ਼ਿਕ ਦੇ ਵਿੱਚ ਸੀਗੇ? ਨਹੀਂ ਜੀ ਨਹੀਂ, ਬਸ ਡੈਡੀ ਸੀ, ਉਹ ਹੀ ਸੀਗੇ ਜੀ ਜੀ। ਤੇ ਇਸ ਤੋਂ ਇਲਾਵਾ ਤੁਹਾਡੇ ਜੇ ਭਰਾਵਾਂ ਦੀ ਗੱਲ ਕਰੀਏ ਤਾਂ ਸਾਰੇ ਮਿਊਜ਼ਿਕਲ ਫੈਮਿਲੀ ਜਾਂ ਸਿਸਟਰ ਦੀ ਗੱਲ ਕਰੀਏ ਤਾਂ ਸਾਰੇ ਜੁੜੇ ਹੋਏ ਸੀਗੇ। ਹਾਂਜੀ, ਮੇਰਾ ਭਰਾ ਉਹ ਤਬਲਾ ਵਜਾਉਂਦੇ ਸੀ, ਕੁਲਵਿੰਦਰ ਜੀ। ਰਾਈਟ ਰਾਈਟ। ਬਸ ਮਾਹੌਲ ਬਣਿਆ ਹੋਇਆ ਸੀ, ਮਤਲਬ ਸੋ ਇੱਕ ਮਾਹੌਲ ਸੀਗਾ ਫੈਮਿਲੀ ਦੇ ਵਿੱਚ, ਇੱਕ ਪਰਿਵਾਰ ਦੇ ਵਿੱਚ ਮਾਹੌਲ ਸੀਗਾ ਜਿਸ ਨੂੰ ਦੇਖ ਦੇਖ ਕੇ ਤੁਸੀਂ ਅੱਗੇ ਵਧੇ ਅੱਗੇ ਮਤਲਬ ਇਸ ਦੇ ਨਾਲ ਤੁਸੀਂ ਮਿਊਜ਼ਿਕ ਆਪਣੇ ਫਾਦਰ ਸਾਹਿਬ ਤੋਂ ਸਿੱਖਿਆ ਜੀ ਜੀ, ਤੁਹਾਡੀ ਜ਼ਿੰਦਗੀ ਦੇ ਵਿੱਚ ਆਈਡਲ ਉਹ ਸੀਗੇ ਜੀ। ਜੇ ਮੈਂ ਗੱਲ ਕਰਾਂ ਕਿ ਕਿੰਨਾ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਤੋਂ ਤਾਂ ਇਸ ਦੇ ਬਾਰੇ ਕੀ ਕਹਿਣਾ ਚਾਹੂੰਗਾ? ਮੈਂ ਜੀ ਛੋਟੀ ਉਮਰ ਦੇ ਵਿੱਚ, ਮਤਲਬ 4th ਕਲਾਸ ਮੇਰੇ ਯਾਦ ਹੈ ਵੀ ਮੈਂ ਉਦੋਂ ਤੋਂ ਉਹਨਾਂ ਨਾਲ ਜਾਂਦਾ ਹੁੰਦਾ ਸੀ, ਮੈਂ ਢੋਲਕ ਪਲੇ ਕਰਦਾ ਹੁੰਦਾ ਸੀ ਅਤੇ ਧਾਰਮਿਕ, ਮੈਂ ਪਹਿਲਾਂ ਧਾਰਮਿਕ ਕਰਦਾ ਸੀਗਾ ਜੀ। ਉਹਨਾਂ ਨਾਲ ਮੈਨੂੰ ਸੰਗੀਤ ਸਿੱਖਣ ਦਾ ਸ਼ੌਂਕ ਸੀਗਾ, ਕਿਉਂਕਿ ਜਿਹੜੇ ਰਾਗੀ ਢਾਡੀ ਲੋਕ ਹੁੰਦੇ ਆ ਉਹਨਾਂ ਨੂੰ ਸੁਣ ਕੇ ਤੁਹਾਡੇ ਕੰਨ ਸੁਰ ਚਾਉਂਦੇ ਆ, ਉਹ ਰਾਗ ਵਿੱਦਿਆ ਨਾਲ ਜੋ ਵੀ ਕਰਦੇ ਆ, ਅਤੇ ਬਸ ਇਸ ਤਰ੍ਹਾਂ ਮੈਂ ਡੈਡੀ ਜੀ ਤੋਂ ਸਿੱਖਦਾ ਰਿਹਾ। ਸੋ ਉਹਨਾਂ ਦਾ ਤੁਹਾਡੀ ਜ਼ਿੰਦਗੀ ਦੇ ਉੱਪਰ ਬਹੁਤ ਵੱਡਾ ਪ੍ਰਭਾਵ ਪਿਆ ਅਤੇ ਬਹੁਤ ਕੁਝ ਸਿੱਖਣ ਨੂੰ ਤੁਹਾਨੂੰ ਮਿਲਿਆ ਮਿਲਿਆ ਜੀ ਬਿਲਕੁਲ। ਇਹ ਮੈਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਤੁਸੀਂ ਮਾਸਟਰਸ ਕੀਤੀ ਹੈ ਮਿਊਜ਼ਿਕ ਦੇ ਵਿੱਚ ਜੀ, ਅਤੇ ਮਾਸਟਰਸ ਦੇ ਵਿੱਚ ਤੁਸੀਂ ਗੋਲਡ ਮੈਡਲਿਸਟ ਹੋ ਜੀ ਬਿਲਕੁਲ, ਇਸ ਦੇ ਬਾਰੇ ਸਾਨੂੰ ਦੱਸੋ। ਉਹ ਕਾਲਜ ਲਾਈਫ ਹੈ ਜੀ, ਅਤੇ ਘਰ ਤੋਂ ਬਾਅਦ ਫਿਰ ਕਹਿੰਦੇ ਨੇ ਵੀ ਬਾਹਰੋਂ ਵੀ ਕੁਛ ਜਦੋਂ ਵਧੀਆ ਸਿੱਖਣ ਨੂੰ ਮਤਲਬ ਚਾਹੁੰਦੇ ਹੋ ਤੁਸੀਂ, ਜੇ ਸਿੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿੱਖਣਾ ਚਾਹੀਦਾ, ਅਤੇ ਉਸ ਤੋਂ ਬਾਅਦ ਫਿਰ ਘਰੋਂ ਨਿਕਲ ਕੇ ਕਾਲਜ ਚਲੇ ਗਏ ਜੀ। ਕਾਲਜ ਸਾਡੇ ਨਾਭੇ ਰੂਪੀ ਦਮਨ ਕਾਲਜ ਦੇ ਵਿੱਚ ਮੈਂ ਪੜ੍ਹਿਆ ਜੀ, ਅਤੇ ਉੱਥੇ ਮੈਡਮ ਲਲਿਤਾ ਜੈਨ ਜੀ ਸਾਨੂੰ ਉਹਨਾਂ ਨੇ ਬੜਾ ਅੱਛਾ ਗਾਈਡ ਕੀਤਾ ਜੀ ਮਿਊਜ਼ਿਕ ਦੇ ਵਿੱਚ, ਅਤੇ ਵਾਰਾਂ ਢਾਡੀ ਵਾਰਾਂ ਗਜ਼ਲ ਗਾਇਕੀ ਜਿੰਨੇ ਵੀ ਯੂਥ ਫੈਸਟੀਵਲ ਹੁੰਦੇ ਆ ਕਾਲਜ ਦੇ ਉਹਦੇ ਵਿੱਚ ਮੈਂ ਪਾਰਟੀਸਪੇਟ ਕੀਤਾ ਅਤੇ ਗੋਲਡ ਮੈਡਲ ਹਾਸਲ ਕੀਤਾ। ਸੋ ਯੂਥ ਫੈਸਟੀਵਲ 'ਤੇ ਤੁਸੀਂ ਹੋਰ ਜਿੰਨੇ ਵੀ ਫੰਕਸ਼ਨ ਹੁੰਦੇ ਉਸ ਦੇ ਬਾਰੇ ਤੁਸੀਂ ਗੱਲ ਕੀਤੀ ਹੈ ਜੀ, ਪਰ ਉਸ ਤੋਂ ਪਹਿਲਾਂ ਇੱਕ ਗੱਲ ਹੋਰ ਹੈ ਕਿ ਤੁਸੀਂ ਵੋਇਸ ਆਫ ਪੰਜਾਬ ਸੀਜ਼ਨ 1 ਦੇ ਵਿੱਚ ਸੀਗੇ ਜੋ PTC ਦਾ ਸਿੰਗਿੰਗ ਰਿਐਲਿਟੀ ਸ਼ੋਅ, ਜੀ ਬਿਲਕੁਲ ਬਿਲਕੁਲ, ਉਸ ਦਾ ਤੁਹਾਡੀ ਜ਼ਿੰਦਗੀ ਦੇ ਉੱਤੇ ਕਿੰਨਾ ਕੁ ਪ੍ਰਭਾਵ ਪਿਆ, ਕਿੰਨਾ ਕੁ ਚੇਂਜ ਆਇਆ ਤੁਹਾਡੀ ਜ਼ਿੰਦਗੀ ਦੇ ਵਿੱਚ? ਉਹ ਮੇਨ ਪੁਆਇੰਟ ਹੈ ਜੀ, ਕਿਉਂਕਿ ਉੱਥੋਂ ਬ੍ਰੇਕ ਮਿਲਿਆ ਮੈਨੂੰ, ਰਾਈਟ, ਜੋ ਸਾਨੂੰ ਮੈਨੂੰ ਜ਼ਰੂਰਤ ਸੀਗੀ। ਅੱਛਾ ਜੀ। ਕਿਉਂਕਿ ਮੈਂ 5 ਕੁ ਸਾਲ ਪਹਿਲਾਂ ਦੀ ਗੱਲ ਹੈ ਵੀ ਡੈਡੀ ਐਕਸਪਾਇਰ ਹੋਣ ਤੋਂ ਬਾਅਦ PTC ਨੇ ਵੋਇਸ ਆਫ ਪੰਜਾਬ ਦਾ ਪਹਿਲਾ ਸੀਜ਼ਨ ਸ਼ੁਰੂ ਕੀਤਾ ਸੀ ਫਸਟ, ਅਤੇ ਬਸ ਉੱਥੋਂ ਮੈਨੂੰ ਮੇਰੇ ਯਾਰਾਂ ਦੋਸਤਾਂ ਨੇ ਹੌਸਲਾ ਦਿੱਤਾ ਵੀ ਹੈਰੀ ਤੂੰ ਜਾ। ਅੱਛਾ। ਫਿਰ ਮੈਂ ਵਧੀਆ ਤਰੀਕੇ ਨਾਲ ਤਿਆਰੀ ਕਰਕੇ ਮਤਲਬ ਮੈਂ ਰਿਐਲਿਟੀ ਸ਼ੋਅ ਦੇ ਵਿੱਚ ਭਾਗ ਲਿਆ, ਪਰ PTC ਦਾ ਸਪੈਸ਼ਲੀ ਥੈਂਕਸ ਹੈ ਜੀ, ਕਿਉਂਕਿ ਉੱਥੋਂ ਹੀ ਸਾਰੀ ਪਹਿਚਾਣ ਮਿਲੀ ਹੈ। ਲਗਾਤਾਰ 3-4 ਮਹੀਨੇ ਚੈਨਲ 'ਤੇ ਰਹੇ ਅਤੇ ਲੋਕਾਂ ਵੱਲੋਂ ਬੜਾ ਪਿਆਰ ਦਿੱਤਾ ਗਿਆ ਜੀ, ਸ਼ੋਅਜ਼ ਦਿੱਤੇ ਗਏ। ਉਸ ਦੌਰਾਨ ਫਾਦਰ ਸਾਹਿਬ ਦੀ ਕਮੀ ਮਹਿਸੂਸ ਹੋਈ? ਬਹੁਤ ਜ਼ਿਆਦਾ ਜੀ, ਕਿਉਂਕਿ ਉਹਨਾਂ ਤੋਂ ਬਿਨਾਂ ਤਾਂ ਕਦੇ ਤੁਰੇ ਨਹੀਂ ਸੀਗੇ ਜੀ। ਇੱਕੋ ਦਮ ਤੁਸੀਂ ਆਪ ਸੋਚ ਸਕਦੇ ਹੋ, ਮਤਲਬ ਜਦੋਂ ਕਿਸੇ ਬੰਦੇ 'ਤੇ ਕੋਈ ਜ਼ਮੀਂ ਇਕੱਲਾ ਰਹਿ ਜਾਂਦਾ ਬਿਲਕੁਲ ਹੀ, ਫਿਰ ਇਕੱਲਿਆਂ ਕੰਮ ਕਰਨਾ ਮਤਲਬ ਉਹ ਬਹੁਤ ਔਖਾ ਹੈ। ਮਹਿਸੂਸ ਤਾਂ ਬੜਾ ਹੋਇਆ, ਪਰ ਮੈਂ ਹਿੰਮਤ ਰੱਖੀ ਮੇਰੇ ਯਾਰਾਂ ਦੋਸਤਾਂ, ਵੱਡੇ ਭਾਅ ਜੀ ਦਵਿੰਦਰ ਜੋਜੀ ਜੀ ਅੰਮ੍ਰਿਤਗੜ੍ਹ ਤੋਂ, ਜਿਨ੍ਹਾਂ ਨੇ ਮੈਨੂੰ ਮਤਲਬ ਯਾਰ ਦੋਸਤ ਦੀ ਕਮੀ ਅਤੇ ਮਾਂ ਬਾਪ ਦੀ ਸਾਰੀਆਂ ਕਮੀਆਂ ਮੇਰੀਆਂ ਉਹਨਾਂ ਨੇ ਪੂਰੀਆਂ ਕੀਤੀਆਂ। ਮੈਂ ਵੱਡੇ ਬਾਈ ਦਾ ਥੈਂਕਸ ਕਰਦਾ ਹੱਥ ਜੋੜ ਕੇ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਵੱਧ ਮੈਨੂੰ ਸਾਂਭਿਆ ਅਤੇ ਮੈਨੂੰ ਇਸ ਲਾਈਨ ਦੇ ਵਿੱਚ ਅੱਗੇ ਵਧਣ ਲਈ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਜੀ। ਤੁਸੀਂ ਗੱਲ ਕੀਤੀ ਸੀ ਯੂਥ ਫੈਸਟੀਵਲਸ ਦੀ ਜੋ ਵੀ ਕਾਲਜਿਸ ਦੇ ਵਿੱਚ ਹੁੰਦੇ ਨੇ, ਉਸ ਦੇ ਬਾਰੇ ਗੱਲ ਕਰਾਂ ਤਾਂ ਤੁਸੀਂ ਅਕਸਰ ਕਿਹੜਾ ਗੀਤ ਉੱਥੇ ਗੁਣਗੁਣਾਉਂਦੇ ਸੀ, ਉਹ ਸਾਨੂੰ ਸੁਣਾ ਦਿਓ। ਉੱਥੇ ਗਾਣੇ ਤਾਂ ਬੜੇ ਗਾਉਂਦੇ ਸੀਗੇ ਜੀ, ਪਰ ਮੈਂ ਇੱਕ ਫੈਸਟੀਵਲ 'ਤੇ ਪਹਿਲੀ ਵਾਰ ਗਾਣਾ ਗਾਇਆ ਸੀਗਾ ਜੀ,
ਸਰਦੂਲ ਭਾਜੀ ਦਾ ਜੀ। ਅੱਛਾ ਜੀ, ਜਿਨ੍ਹਾਂ ਨੂੰ ਮੈਂ ਬਹੁਤ ਜ਼ਿਆਦਾ ਸੁਣਿਆ ਜੀ। ਰਾਈਟ ਜੀ, ਰਾਈਟ। ਕਦੇ ਉਸ ਪੈਰ ਥੱਲੇ, ਕਦੇ ਉਸ ਪੈਰ ਥੱਲੇ, ਕਾ ਤੋ ਠੋਕਰਾਂ ਤੂੰ ਮਾਰੇ, ਅੱਗੇ ਬੜੇ ਦੁੱਖ ਚੱਲੇ, ਮਰ ਮੁੱਕਿਆਂ ਤੋਂ ਜੀਣ ਦੇ ਸਵਾਲ ਪੁੱਛਦੀ ਨੀ ਤੂੰ ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ, ਪੱਤ ਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਐ, ਕੀ ਬਾਤ ਹੈ ਜੀ, ਕੀ ਬਾਤ ਹੈ, ਜਾਣ ਜਾਣ ਕੇ, ਨੀ ਤੂੰ ਜਾਣ ਜਾਣ ਕੇ। ਬਾਕੀ ਜੀ ਬਹੁਤ ਬੁਲੰਦ ਆਵਾਜ਼ ਹੈ ਜੀ ਤੁਹਾਡੀ, ਬਹੁਤ ਪਿਆਰੀ ਆਵਾਜ਼ ਹੈ। ਪਰ ਮੈਂ ਇੱਕ ਗੱਲ ਪੁੱਛੀ ਸੀ ਤੁਹਾਡੇ ਤੋਂ ਕਿ ਤੁਸੀਂ ਇੱਕ ਕੁਐਸਚਨ ਦਾ ਆਨਸਰ ਤਾਂ ਦੇ ਦਿੱਤਾ ਸੀਗਾ, ਤੁਸੀਂ ਮਾਸਟਰਸ ਕੀਤੀ ਹੈ ਮਿਊਜ਼ਿਕ ਦੇ ਵਿੱਚ, ਪਰ ਇਸ ਦੇ ਨਾਲ ਨਾਲ ਤੁਸੀਂ ਗੋਲਡ ਮੈਡਲਿਸਟ ਹੋ, ਉਸਦੇ ਬਾਰੇ ਤੁਸੀਂ ਮੈਨੂੰ ਦੱਸਿਆ ਨਹੀਂ, ਉਹ ਗੋਲਡ ਮੈਡਲਿਸਟ ਕਿਸ ਤਰ੍ਹਾਂ? ਉਹ ਇੱਕ ਵੱਖਰੀ ਯਾਦ ਜੁੜੀ ਹੋਈ ਹੈ ਜੀ, ਕਿਉਂਕਿ ਜਿਹੜਾ ਗੋਲਡ ਮੈਡਲਿਸਟ ਹੋਇਆ ਜੀ ਮੈਂ, ਉਹ ਮੈਂ ਇੱਕ ਢਾਡੀ ਵਾਰ, ਜਿਹੜਾ ਢਾਡੀ ਰੰਗ ਮੈਨੂੰ ਵਿਰਸੇ 'ਚੋਂ ਮਿਲਿਆ ਸੀਗਾ, ਅੱਛਾ, ਉਹ ਮੈਂ ਢਾਡੀ ਵਾਰ ਮੈਂ ਗਾਈ ਸੀਗੀ ਫੈਸਟੀਵਲ ਦੇ ਵਿੱਚ, ਮੈਂ ਤੁਹਾਨੂੰ ਦੋ ਕੁ ਲੈਣਾ। ਉਸਦੇ ਲਈ ਤੁਹਾਨੂੰ ਗੋਲਡ ਮੈਡਲ ਮਿਲਿਆ? ਮੈਂ ਤੁਹਾਨੂੰ ਸੁਣਾ, ਹਾਂਜੀ, ਉਹਦੇ ਤੋਂ ਮੈਂ ਗੋਲਡ ਮੈਡਲਿਸਟ ਹੋਇਆ ਜੀ। ਮੈਂ ਤੁਹਾਨੂੰ ਉਹ ਲੈਕਚਰ ਦੀਆਂ ਦੋ ਕੁ ਲੈਣਾ ਸੁਣਾਉਂਗਾ ਜੀ। ਹਾਂਜੀ ਹਾਂਜੀ। ਕਿ ਸੁਣ ਕੇ ਉੱਠਿਆ ਸੂਰਮਾ, ਗੁਰਫਤਿਹ ਬੁਲਾ ਕੇ, ਚਰਨੀ ਝੁਕਿਆ ਗੁਰਾਂ ਦੇ, ਗਲ ਪੱਲਾ ਪਾ ਕੇ, ਸ਼ਕਤੀ ਬਖਸ਼ੋ ਆਪਣੀ ਰਣ ਗੱਜਾਂ ਜਾ ਕੇ, ਹਾਥੀ ਕੀ ਯਮਰਾਜ ਵੀ, ਨੱਸੂ ਡਰ ਖਾ ਕੇ, ਲਈ ਦਸ਼ਮੇਸ਼ ਪਿਤਾ ਤੋਂ ਆ ਗਿਆ, ਪਹਿਨੇ ਜੰਗੀ ਹਥਿਆਰ, ਫੜੀ 18 ਸੇਰ ਦੀ ਨਾਗਣੀ, ਹੋ ਕੇ ਘੋੜੇ ਤੇ ਸਵਾਰ, ਖੋਲਿਆ ਗੜੀ ਦਾ ਬੂਹਾ, ਤੱਕਿਆ ਮਸਤ ਹਾਥੀ, ਤੱਕ ਕੇ ਵੈਰੀ ਨੂੰ ਸੂਰਮੇ ਦੇ ਮੱਥੇ ਤੇ, ਵੱਟ ਪੈ ਗਏ ਉਹਨੇ ਕਰੀਚੇ ਦੰਦ, ਉਹਦੇ ਫਰਕੇ ਡੋਲੇ, ਉਹਨੇ ਪਾਈਆਂ ਮੱਥੇ ਤੇ ਤਿਉੜੀਆਂ, ਔਰ ਹਾਥੀ ਦੇ ਮੱਥੇ ਤੇ ਇੱਕ ਭਰਮਾ ਵਾਰ ਹੈ। ਵਾਕਈ ਜੀ ਬਹੁਤ ਵਧੀਆ ਆਵਾਜ਼, ਬਹੁਤ ਬੁਲੰਦ ਆਵਾਜ਼ ਹੈ। ਤੇ ਆਪਾਂ ਹੁਣ ਗੱਲ ਕਰਾਂਗੇ ਤੁਹਾਡਾ ਜਿਹੜਾ ਨਵਾਂ ਟਰੈਕ ਚੱਲਦਾ ਪਿਆ ਉਸਦੇ ਬਾਰੇ, ਪਰ ਉਸ ਤੋਂ ਪਹਿਲਾਂ ਇੱਕ ਐਲਬਮ ਆਈ ਸੀ ਤੁਹਾਡੀ, ਯਾਦ ਦੇ ਵਿੱਚ ਕਿੰਨੇ ਟਰੈਕ ਸੀਗੇ ਉਸਦੇ ਬਾਰੇ ਸਾਨੂੰ ਦੱਸੋ। ਯਾਦ ਐਲਬਮ ਦੇ ਵਿੱਚ ਜੀ ਮੇਰੇ 8 ਟਰੈਕ ਸੀਗੇ ਜੀ, ਤੇ ਉਹਨੂੰ ਮਿਊਜ਼ਿਕ ਦਿੱਤਾ ਸੀਗਾ ਜੀ ਜਨਾਬ ਪੀ ਐਸ ਲਾਲੀ ਜੀ ਨੇ, ਤੇ ਵੱਡੇ ਭਾਜੀ ਦਵਿੰਦਰ ਜੋਜੀ ਜੀ, ਉਹਨਾਂ ਦੀ ਕੰਪਨੀ ਸੀਗੀ ਡੈਵੀਜ਼ ਆਡੀਓ, ਉਹਨਾਂ ਨੇ ਲਾਂਚ ਕੀਤੀ ਸੀ ਜੀ, ਤੇ ਵਧੀਆ ਪਿਆਰ ਦਿੱਤਾ ਜੀ ਸਾਰਿਆਂ ਨੇ। ਚਲੋ ਠੀਕ ਹੈ, ਪਰ ਹੁਣ ਜਿਹੜਾ ਨਵਾਂ ਟਰੈਕ ਚੱਲਦਾ ਪਿਆ ਜੀ, ਬਿਲਕੁਲ, ਤੇਰਾ ਮੇਰਾ ਨਾਮ ਜੀ, ਉਸਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਹੋਰ ਬਥੇਰੀਆਂ ਗੱਲਾਂ ਹੋਣਗੀਆਂ। ਦੋਸਤੋ ਵੇਲਾ ਹੋ ਗਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਕਿਤੇ ਨਹੀਂ ਜਾਣਾ ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪੀ ਟੀ ਸੀ ਸਪੋਟਲਾਈਟ ਦੇ ਵਿੱਚ। ਗੱਲਬਾਤ ਚੱਲ ਰਹੀ ਹੈ ਜੀ ਹਰਵਿੰਦਰ ਹੈਰੀ ਦੇ ਨਾਲ। ਹਰਵਿੰਦਰ ਹੈਰੀ, ਹੁਣ ਗੱਲ ਕਰੋ ਜੀ ਆਪਣੇ ਨਵੇਂ ਟਰੈਕ ਦੇ ਬਾਰੇ, ਉਸ ਦੇ ਬਾਰੇ ਸਾਨੂੰ ਦੱਸੋ ਕਿ ਇਸ ਦੀ ਪਲੈਨਿੰਗ ਕਿਸ ਤਰ੍ਹਾਂ ਬਣੀ। ਮੇਰਾ ਨਵਾਂ ਟਰੈਕ ਜੀ ਤੇਰਾ ਮੇਰਾ ਨਾਮ, ਹਾਂਜੀ, ਉਹਨੂੰ ਸਾਰੇ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਜੀ, ਮੈਂ ਥੈਂਕਸ ਕਰਦਾ ਪਹਿਲਾਂ ਤਾਂ ਸਾਰਿਆਂ ਦਾ। ਅਤੇ ਮੇਰਾ ਭਰਾ, ਬਹੁਤ ਹੀ ਪਿਆਰਾ ਭਰਾ, ਮੇਰੇ ਤੋਂ ਛੋਟਾ ਵੈਸੇ, ਸਨੀ ਔਜਲਾ, ਉਹਨੇ ਮਿਊਜ਼ਿਕ ਦਿੱਤਾ ਹੈ, ਅਤੇ ਜਿਹਦਾ ਮੈਂ ਬਹੁਤ ਬੜਾ ਫੈਨ ਹਾਂ। ਅੱਛਾ ਜੀ। ਜੀ ਬਿਲਕੁਲ, ਕਿਉਂਕਿ ਮੈਂ ਸਾਡਾ ਕੰਮ ਕਰਨ ਦਾ ਇੱਕ ਕਾਰਨ ਸੀਗਾ ਦੋਨਾਂ ਦਾ ਕੀ ਜੀ, ਮੈਂ ਉਹਨਾਂ ਦਾ ਮਿਊਜ਼ਿਕ ਸੁਣਿਆ, ਅਤੇ ਜਦੋਂ ਮੈਂ ਮਿਊਜ਼ਿਕ ਸੁਣਿਆ ਮੈਨੂੰ ਲੱਗਿਆ ਵੀ ਹਾਂ ਵੀ ਸਨੀ ਮੇਰੇ ਲਈ ਠੀਕ ਹੈ, ਠੀਕ ਹੈ ਮਿਊਜ਼ਿਕ, ਅਤੇ ਮੈਂ ਉਦੋਂ ਤੋਂ ਫਿਰ ਸਨੀ ਨਾਲ ਯੈਸ ਹੋ ਗਈ ਜੀ ਫਿਰ। ਠੀਕ ਹੈ, ਉਹਨਾਂ ਨਾਲ ਮੁਲਾਕਾਤ ਕਿਸ ਤਰ੍ਹਾਂ ਹੋਈ? ਮੁਲਾਕਾਤ ਪਲੈਨਿੰਗ ਜੀ ਬਿਲਕੁਲ, ਜਦੋਂ ਮੈਂ VOP 'ਚੋਂ ਗਿਆ ਅਤੇ ਉਸ ਤੋਂ ਬਾਅਦ ਕਾਫੀ ਟਾਈਮ ਬਾਅਦ ਇੱਕ ਮੈਂ ਮੈਰਿਜ ਸ਼ੋਅ ਕਰਨ ਗਿਆ ਸੀਗਾ ਅਤੇ ਕਰਨਾਲ ਸਾਈਡ, ਉੱਥੇ ਮੈਨੂੰ ਭਾਅ ਜੀ ਨੇ ਸੁਣਿਆ, ਅਤੇ ਪਰ ਸ਼ੋਅ ਲਾ ਕੇ ਮੈਂ ਤਾਂ ਚਲਿਆ ਗਿਆ। ਬਾਅਦ ਵਿੱਚ ਫਿਰ ਕਾਲ ਆਈ ਫੋਨ 'ਤੇ, ਕਹਿੰਦੇ ਵੀ ਭਾਅ ਜੀ ਆਪਾਂ ਮਿਲਣਾ, ਅਤੇ ਮੈਂ ਕਿਹਾ ਜੀ ਜ਼ਰੂਰ ਮਿਲਾਂਗੇ। ਫਿਰ ਮੈਂ ਚੱਲਦੀ ਚੱਲਦੀ ਗੱਲ ਗਈ, ਇਕੱਠੇ ਹੋ ਗਏ ਦੋਨੋਂ, ਮੈਂ ਕਿਹਾ ਜੀ ਠੀਕ ਹੈ ਤੁਸੀਂ, ਮੈਂ ਆਪਾਂ ਦੋਨੇ ਰਲ ਕੇ ਕੰਮ ਕਰਦੇ ਹਾਂ। ਮੈਨੂੰ ਉਹਨਾਂ ਦਾ ਕੰਮ ਅੱਛਾ ਲੱਗਿਆ, ਉਹਨਾਂ ਨੂੰ ਮੇਰੀ ਗਾਇਕੀ ਅੱਛੀ ਲੱਗੀ, ਅਤੇ ਅੱਜ ਅਸੀਂ ਇੱਕ ਟਰੈਕ ਤੁਹਾਡੇ ਮਤਲਬ ਸਾਡੀ ਪਬਲਿਕ ਦੇ ਝੋਲੀ ਪਾਇਆ, ਜਿਹਨੂੰ ਬਹੁਤ ਹੀ ਪਿਆਰ ਮਿਲਿਆ। ਅਤੇ ਵੱਡਾ ਬਾਈ ਨਿੰਮਾ ਖਰੌੜ, ਬਲਿਊ ਸ਼ਨਸ਼ਾਈਨ ਕੰਪਨੀ, ਜਿਹਨਾਂ ਦੇ ਰੈਕਡ ਲੇਬਲ ਹੇਠਾਂ ਇਹ ਟੇਪ ਆਈ ਹੈ ਅਤੇ ਟਰੈਕ ਆਇਆ, ਅਤੇ ਬਹੁਤ ਪਿਆਰ ਮਿਲਿਆ ਜੀ। ਰਾਈਟ, ਸੋ ਇਹ ਸੀਗੀ ਪਲੈਨਿੰਗ ਦੀ ਗੱਲ ਕਿ ਕਿਸ ਤਰ੍ਹਾਂ ਤੁਸੀਂ ਗਏ, ਕਿਸ ਤਰ੍ਹਾਂ ਤੁਸੀਂ ਸਨੀ ਔਜਲਾ ਜੀ ਨੂੰ ਮਿਲੇ, ਉਸ ਤੋਂ ਬਾਅਦ ਪਲੈਨਿੰਗ ਹੋਈ। ਪਰ ਇਸ ਟਰੈਕ ਦੇ ਵਿੱਚ ਹੋਰ ਕਹਿਣਾ ਚਾਹਾਂਗੇ, ਹਾਂਜੀ ਹਾਂਜੀ ਸੌਰੀ, ਹਾਂਜੀ ਹਾਂਜੀ, ਮੇਰਾ ਬਹੁਤ ਹੀ ਪਿਆਰਾ ਭਰਾ ਰਮਜਾਨ ਛਪਾਰ, ਹਾਂਜੀ, ਜਿਹਨੇ ਇਹ ਗਾਣਾ ਲਿਖਿਆ, ਕਿਉਂਕਿ ਮੈਨੂੰ ਯਾਦ ਅੱਜ ਵੀ ਜਦੋਂ ਨਾਭਾ ਕਾਲਜ ਦੇ ਵਿੱਚ ਅਸੀਂ ਤਿਆਰੀ ਕਰਨ ਹੁੰਦੇ ਸੀ ਉਦੋਂ ਇਹ ਕੰਪੋਜੀਸ਼ਨ ਕੀਤੀ ਸੀਗੀ ਮੈਂ ਬੈਠੇ ਬੈਠੇ, ਮੈਨੂੰ ਦੋ ਲਾਈਨਾਂ ਲਿਖ ਕੇ ਦਿੱਤੀਆਂ, ਅਤੇ ਉਹ ਗਾਣਾ ਬਣਦਾ ਬਣਦਾ ਸਨੀ ਕੋਲ ਚਲੇ ਗਿਆ।
ਮਤਲਬ ਇੰਨਾ ਪੁਰਾਣਾ ਗੀਤ ਸੀ, ਬਹੁਤ ਹੀ ਪਿਆਰਾ ਗਾਣਾ, ਬਹੁਤ ਪੁਰਾਣਾ ਗੀਤ ਸੀ। ਹਾਂਜੀ, ਯੂਥ ਫੈਸਟੀਵਲ ਜਦੋਂ ਕਾਲਜ ਦੇ ਵਿੱਚ ਹੁੰਦੇ ਸੀ ਉਦੋਂ ਦਾ ਲਿਖਿਆ ਹੋਇਆ ਉਦੋਂ ਦਾ। ਹਾਂਜੀ, ਤੇ ਕਦੀ ਸੋਚਿਆ ਸੀਗਾ ਕਿ ਇਹ ਗੀਤ ਅੱਗੇ ਜਾ ਕੇ ਅਸੀਂ ਗਾਵਾਂਗੇ ਵੀ? ਹਾਂਜੀ, ਸੋਚਿਆ ਹੈਗਾ ਸੀਗਾ। ਅੱਛਾ, ਕਿਉਂਕਿ ਉਹ ਮਾਇੰਡ ਦੇ ਵਿੱਚ ਹੈਗਾ ਸੀ ਵੀ ਕਦੇ ਨਾ ਕਦੇ ਤਾਂ ਕਰਨਾ ਹੀ ਹੈ। ਠੀਕ ਠੀਕ, ਤੇ ਫਿਰ ਅੱਗੇ ਅੱਗੇ ਜਿਵੇਂ ਜਿਵੇਂ ਮਿਲਦੇ ਗਏ ਸਾਰੇ ਇਕੱਠੇ ਟੀਮ ਬਣਦੀ ਗਈ ਸਾਡੀ, ਤੇ ਫਿਰ ਅਸੀਂ ਰਿਕਾਰਡ ਕੀਤਾ ਜੀ ਗਾਣਾ। ਬਸ ਤੇਰਾ ਮੇਰਾ ਨਾਮ ਰਾਤੀ ਅਸਮਾਨ ਵਿੱਚ ਤਾਰਿਆਂ ਨੂੰ ਜੋੜ ਜੋੜ ਲਿਖਦਾ ਰਹਾ ਮੈਂ ਬਸ ਤੇਰਾ ਮੇਰਾ ਨਾਮ ਹਾਏ ਲਿਖਦਾ ਰਹਾ ਮੈਂ ਬਸ ਤੇਰਾ ਮੇਰਾ ਨਾਮ। ਤੇ ਜਦੋਂ ਤੁਸੀਂ ਪਲੈਨਿੰਗ ਕਰ ਰਹੇ ਸੀ ਕਿ ਤੁਹਾਡੇ ਕੋਲ ਹੋਰ ਵੀ ਆਪਸ਼ਨ ਸੀਗੀਆਂ ਗਾਣੇ ਦੀਆਂ ਕਿ ਸਿਰਫ ਇੱਕ ਹੀ ਗਾਣੇ ਨੂੰ ਲੈ ਕੇ ਚੱਲੇ ਸੀ? ਨਹੀਂ, ਗਾਣੇ ਬਹੁਤ ਸੀਗੇ ਜੀ, ਮੇਰੇ ਬਹੁਤ ਪਿਆਰੇ ਪਿਆਰੇ ਭਰਾ ਮੇਰੇ ਨਾਲ ਰਾਈਟਰ ਨੇ ਜਿਹੜੇ ਜੁੜੇ ਹੋਏ ਨੇ ਅਸੀਂ, ਪਰ ਇੱਕ ਹੁੰਦਾ ਨਾ ਵੀ ਆਪਣੇ ਦਿਲ ਨੂੰ ਵਧੀਆ ਲੱਗੀ ਚੀਜ਼, ਅਤੇ ਫਿਰ ਸਾਰਿਆਂ ਨਾਲੋਂ ਪਹਿਲਾਂ ਅਸੀਂ ਫੈਸਲਾ ਇਹੀ ਲਿੱਤਾ ਵੀ ਅਸੀਂ ਇਹ ਟਰੈਕ ਛੱਡਣਾ ਕਰਨਾ। ਅੱਛਾ ਅੱਛਾ ਜੀ, ਸੋ ਰਾਈਟਰ ਰਮਜਾਨ ਛਪਾ, ਰਮਜਾਨ ਜੀ, ਜੀ ਬਿਲਕੁਲ, ਉਹਨਾਂ ਨਾਲ ਵੀ ਤੁਹਾਡੀ ਕਾਫੀ ਮਤਲਬ? ਜੀ ਬਿਲਕੁਲ, ਅਸੀਂ 4-5 ਸਾਲ ਤੋਂ ਇਕੱਠੇ ਹਾਂ ਜੀ ਲਗਾਤਾਰ। ਅੱਛਾ ਅੱਛਾ, ਅਤੇ ਤਾਂ ਕਰਕੇ ਇੱਕ ਦੂਜੇ ਨਾਲ ਮਿਲਦੇ ਹਾਂ, ਇਕੱਠੇ ਰਹਿੰਦੇ ਹਾਂ, ਅਤੇ ਫਿਰ ਪਤਾ ਲੱਗ ਜਾਂਦਾ ਵੀ ਇਹ ਮੈਂ ਕੀ ਗਾ ਸਕਦਾ, ਉਹ ਮੇਰੇ ਮੁਤਾਬਕ ਉਹਨਾਂ ਨੇ ਮੈਨੂੰ ਲਿਖ ਕੇ ਦਿੱਤਾ ਜੀ। ਕੀ ਉਹ ਪਹਿਲਾ ਟਰੈਕ ਸੀਗਾ ਤੁਹਾਡੇ ਲਈ ਉਹਨਾਂ ਨੂੰ, ਕਿ ਉਹਨਾਂ ਦੇ ਜਿਹੜੇ ਲਿਖੇ ਹੋਏ ਗੀਤ ਨੇ ਕੋਈ ਹੋਰ ਸਿੰਗਰ ਵੀ ਆਲਰੇਡੀ ਗਾ ਚੁੱਕੇ ਨੇ? ਨਹੀਂ ਜੀ, ਹੁਣ ਇਸ ਤੋਂ ਬਾਅਦ 4 ਟਰੈਕ ਹੋਰ ਰੈਡੀ ਹੈ ਜੀ। ਅੱਛਾ, ਅਤੇ ਉਹਦੇ ਵਿੱਚੋਂ 2-3 ਗਾਣੇ ਰਮਜ਼ਾਨ ਚ ਪਾਰਦੇ ਨੇ, ਉਹ ਵੀ ਮਤਲਬ ਤੁਹਾਡੇ ਗੀਤ? ਹਾਂਜੀ ਹਾਂਜੀ, ਅਤੇ ਮੇਰਾ ਭਰਾ ਸ਼ਿਵ ਗਲਵੱਟੀ, ਜੱਗੀ ਟੌੜਾ ਅਤੇ ਬਿੱਟੂ ਪੱਤੜ ਭਾਜੀ, ਜਿਹੜੇ ਸਾਰਿਆਂ ਤੋਂ ਸੀਨੀਅਰ ਨੇ ਮਤਲਬ, ਅਤੇ ਹੁਣ ਲੈ ਕੇ ਆ ਰਹੇ ਜੀ ਬਸ ਲਗਾਤਾਰ। ਤੁਸੀਂ ਗੱਲ ਕੀਤੀ ਸੀ ਸੰਨੀ ਭਾਜੀ ਦੀ, ਗੱਲ ਕੀਤੀ ਸੀ ਜੋ ਇਹਨਾਂ ਦੇ ਮਿਊਜ਼ਿਕ ਡਾਇਰੈਕਟਰ ਨੇ, ਮਿਊਜ਼ਿਕ ਬਣਿਆ ਬਹੁਤ ਅੱਛਾ ਮਿਊਜ਼ਿਕ ਟਰੈਕ, ਬਹੁਤ ਵਧੀਆ, ਕੀ ਜੋ ਉਹਨਾਂ ਨੇ ਤੁਹਾਨੂੰ ਬਣਾ ਕੇ ਦੇ ਦਿੱਤਾ ਉਸਨੂੰ ਤੁਸੀਂ ਅਕਸੈਪਟ ਕਰ ਲਿਆ ਜਾਂ ਤੁਹਾਡੀ ਵੀ ਕੁਛ ਮੋਡੂਲੇਸ਼ਨ ਸੀਗੀਆਂ ਉਸਦੇ ਵਿੱਚ? ਬਸ ਇਸੇ ਕਰਕੇ ਤਾਂ ਸੰਨੀ ਨਾਲ ਗੱਲ ਬਣੀ ਹੈ, ਕਿਉਂਕਿ ਉਹ ਗੱਲ ਮੰਨਦੇ ਨੇ। ਅੱਛਾ, ਬਿਲਕੁਲ ਜੀ। ਹਾਂ, ਜਦੋਂ ਅਸੀਂ ਇੱਕ ਟਰੈਕ ਮਤਲਬ ਪਹਿਲਾਂ ਤਾਂ ਗਾਣਾ ਚੁਣਿਆ ਨਾ, ਅਤੇ ਉਸ ਤੋਂ ਬਾਅਦ ਫਿਰ ਬੈਠ ਕੇ ਉਹਨੂੰ ਕੰਪੋਜੀਸ਼ਨ ਦੇਖਿਆ ਵੀ ਕਿੱਥਾ, ਕਿਉਂਕਿ ਮੈਂ ਇਕੱਲਾ ਨਹੀਂ ਕੁਛ ਵੀ ਕਰ ਸਕਦਾ, ਉਹ ਮੇਰੇ ਨਾਲ ਜੇ ਸਾਥ ਦਿੰਦੇ ਨੇ ਤਾਂ ਹੀ ਅੱਗੇ ਅਸੀਂ ਵਧ ਰਹੇ ਹਾਂ। ਅਤੇ ਫਿਰ ਸਾਰਿਆਂ ਨੇ ਕੰਪੋਜੀਸ਼ਨ ਸੁਣੀ ਵੀ ਡਨ ਹੈ ਤਾਂ ਉਹ ਰਿਕਾਰਡ ਕਰੋ, ਰਿਕਾਰਡ ਕਰਨ ਤੋਂ ਬਾਅਦ ਬਸ ਫਿਰ ਜੋ ਵੀ ਕੀਤਾ ਹੈ ਨਾ ਤੁਹਾਡੇ ਸਾਹਮਣੇ, ਤੁਹਾਡੀ ਮਤਲਬ ਜਦੋਂ ਮਿਊਜ਼ਿਕ ਰੈਡੀ ਕਰਕੇ ਵੀ ਚੇਂਜ ਕਰ ਨਹੀਂ ਸਕਦੇ, ਨਹੀਂ ਕਰ ਨਹੀਂ ਸਕਦੇ ਜੋ ਉਹਨਾਂ ਨੇ ਬਣਾ ਦਿੱਤਾ ਉਹਨੂੰ ਅਕਸੈਪਟ ਕਰਨਾ। ਹਾਂ, ਜੇ ਲੱਗਦਾ ਤਾਂ ਮੈਂ ਕਹਿ ਦਿੰਦਾ, ਪਰ ਸਨੀ ਮੰਨਦਾ ਮੇਰੀ ਗੱਲ ਬਹੁਤ। ਅੱਛਾ ਜੀ, ਉਹ ਦੱਸੇ ਵੀ ਪਹਿਲਾਂ ਨਾਈਸ ਪਰਸਨ ਹੈ ਜੀ। ਬਿਲਕੁਲ, ਹੁਣ ਗੱਲ ਕਰਾਂਗੇ ਆਪਾਂ ਵੀਡੀਓ ਦੇ ਬਾਰੇ, ਬਹੁਤ ਵਧੀਆ ਵੀਡੀਓ ਬਣਾਈ ਗਈ ਹੈ ਜੀ ਜੀ, ਇੱਕ ਪ੍ਰੋਪਰ ਸਟੋਰੀ ਲੈ ਕੇ ਤੁਸੀਂ ਗਏ ਹੋ ਜੀ। ਬਿਲਕੁਲ, ਇਹਨਾਂ ਦੇ ਵੀਡੀਓ ਡਾਇਰੈਕਟਰ ਕੌਣ ਹੈ ਜੀ? ਵੀਡੀਓ ਡਾਇਰੈਕਟਰ ਜੀ ਬਲੌਕਬਸਟਰ ਜਲੰਧਰ ਤੋਂ ਨੇ, ਅਤੇ ਮੀਡੀਆ ਉਹਨਾਂ ਦਾ, ਅਤੇ ਉਹਨਾਂ ਭਾਅ ਜੀ ਨੇ ਵੀ ਬਹੁਤ ਸਾਡਾ ਮਤਲਬ ਪਿਆਰ ਨਾਲ ਜਿਹੜਾ ਕੰਮ ਕੀਤਾ ਸੀ ਵੀਡੀਓ ਦਾ, ਅਤੇ ਇਹਦੇ ਵਿੱਚ ਸਨੀ ਨੇ ਐਕਟ ਕੀਤਾ ਜੀ। ਅੱਛਾ, ਉਹ ਓਕੇ ਓਕੇ, ਜੋ ਉਸ ਦੇ ਵਿੱਚ ਮਤਲਬ ਐਜ਼ ਅ ਮਾਡਲ ਤੁਸੀਂ ਯੂਜ਼ ਕੀਤਾ ਉਹ ਸਨੀ ਭਾਜੀ? ਉਹ ਸਨੀ ਭਾਜੀ ਨੇ, ਉਹੀ ਮਿਊਜ਼ਿਕ ਡਾਇਰੈਕਟਰ? ਉਹੀ ਮਿਊਜ਼ਿਕ ਡਾਇਰੈਕਟਰ। ਓਕੇ ਓਕੇ ਓਕੇ, ਉਹ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਸਾਡੀ ਟੀਮ ਬਣ ਚੁੱਕੀ, ਅਤੇ ਫਿਰ ਅਸੀਂ ਕਿਹਾ ਵੀ ਕਿਉਂ ਨਾ ਫਿਰ ਆਪਾਂ ਆਪ ਹੀ ਸਾਰਾ ਕੁਛ ਕਰੀਏ, ਅਤੇ ਉਹ ਵਧੀਆ ਸਾਰਾ ਤੁਸੀਂ ਦੇਖਿਆ ਹੀ ਆ ਸਾਰਿਆਂ ਨੇ ਨਾ, ਅਤੇ ਪਿਆਰ ਮਿਲਿਆ। ਹੁਣ ਜੇ ਵੈਨਿਊਜ਼ ਦੀ ਆਪਾਂ ਗੱਲ ਕਰੀਏ ਤਾਂ ਕੀ ਵੈਨਿਊ ਤੁਸੀਂ ਚੂਜ਼ ਕੀਤਾ ਸੀਗਾ ਸ਼ੂਟਿੰਗ ਵਾਸਤੇ? ਸ਼ੂਟ ਵਾਸਤੇ ਜੀ ਦੇਖੋ ਡਾਇਰੈਕਟਰ ਦਾ ਵੈਸੇ ਹੁੰਦਾ ਹੈਗਾ, ਬਟ ਜਦੋਂ ਅਸੀਂ ਵੀਡੀਓ ਦੀ ਗੱਲ ਹੋਈ, ਪਲਾਨ ਹੋਇਆ, ਅਤੇ ਫਿਰ ਅਸੀਂ ਆਪ ਜਾ ਕੇ ਲੋਕੇਸ਼ਨ ਦੇਖਿਆ ਹਾਂ, ਚੰਡੀਗੜ੍ਹ ਦੇ ਲਾਗੇ ਇੱਕ ਲੋਕੇਸ਼ਨ ਆ, ਉੱਥੇ ਅਸੀਂ ਇਹ ਸ਼ੂਟ ਕੀਤਾ ਜੀ ਗਾਣਾ। ਠੀਕ ਹੈ, ਅਤੇ ਕਦੀ ਮਤਲਬ ਘਬਰਾਹਟ ਫੀਲ ਹੋਈ ਕਿ ਹੁਣ ਮੈਂ ਵੀ ਕੈਮਰਾ ਦੇ ਸਾਹਮਣੇ ਆਉਣਾ ਹੈ, ਜਾਂ ਕਦੀ ਇਹੋ ਜਿਹਾ ਹੋਇਆ ਕਿ ਨਹੀਂ ਯਾਰ ਮੇਰੇ ਤੋਂ ਨਹੀਂ ਹੋਣਾ? ਤੁਸੀਂ ਕਿਸ ਤਰ੍ਹਾਂ ਨਿਭਾਇਆ ਕੈਮਰੇ ਦੇ ਸਾਹਮਣੇ ਆਪਣੇ ਆਪ ਨੂੰ? ਨਹੀਂ, ਮੈਨੂੰ ਵੈਸੇ ਘਬਰਾਹਟ ਨਹੀਂ ਹੋਈ ਜੀ, ਕਿਉਂਕਿ ਪਹਿਲਾਂ ਤੋਂ ਜਦੋਂ PTC ਦੇ ਕੀਤੇ ਹੈ ਨਾ ਵੋਇਸ ਆਫ ਪੰਜਾਬ, ਉਦੋਂ ਸਾਨੂੰ ਬੜਾ ਕੁਛ ਸਿੱਖਣ ਨੂੰ ਮਿਲਿਆ, ਅਤੇ ਬਾਕੀ ਚਲੋ ਉੱਥੇ ਹੁੰਦੇ ਰਹੇ ਯਾਰ ਦੋਸਤ, ਉਹ ਆਪੀ ਸਪੋਰਟ ਕਰਦੇ ਨੇ, ਬੰਦਾ ਘਬਰਾਹਟ ਦੂਰ ਹੋ ਜਾਂਦੀ। ਅਤੇ ਤੁਸੀਂ ਇੱਕ ਸਿੰਗਲ ਟਰੈਕ ਹੀ ਕਿਉਂ ਚੂਜ਼ ਕੀਤਾ, ਇਸ ਦੇ ਪਿੱਛੇ ਕੀ ਰੀਜ਼ਨ ਸੀਗਾ? ਕਿਉਂਕਿ ਤੁਹਾਡੀ ਪਹਿਲੀ ਐਲਬਮ ਸੀਗੀ ਜੀ। ਬਿਲਕੁਲ, ਐਲਬਮ ਤੋਂ ਬਾਅਦ ਤੁਸੀਂ ਸਿੰਗਲ ਟਰੈਕ ਲੈ ਕੇ ਆਏ ਹੋ, ਇਹ ਚੇਂਜ ਕਿਉਂ ਆਇਆ? ਉਹ ਥੋੜ੍ਹਾ ਜਿਹਾ ਭਾਅ ਜੀ ਮਤਲਬ ਇੱਕ ਜੇ ਕੋਈ ਤੁਸੀਂ ਟਰੈਕ ਛੱਡਣਾ ਤਾਂ ਤੁਹਾਨੂੰ ਵੀ ਪਤਾ ਹੈ ਉਹਦੇ ਵਾਸਤੇ ਸਹੀ ਟਾਈਮ ਹੋਣਾ ਜ਼ਰੂਰੀ ਹੈ। ਅੱਛਾ, ਬਟ ਮੈਂ ਕਰਨਾ ਐਲਬਮ ਚਾਹੁੰਦਾ ਸੀਗਾ, ਥੋੜ੍ਹਾ ਅਸੀਂ ਲੇਟ ਹੋ ਗਏ, ਵੀਡੀਓ ਵਾਡੀਓ ਕਰਦੇ ਤੁਹਾਨੂੰ ਪਤਾ ਹੀ ਹੈ, ਅਤੇ ਉਸ ਤੋਂ ਬਾਅਦ ਫਿਰ ਇੱਕ ਟਰੈਕ ਅਸੀਂ ਉਹਦੇ 'ਚੋਂ ਇਹ ਲੈ ਲਿਆ ਐਲਬਮ 'ਚੋਂ ਵੀ, ਇੱਕ ਟਰੈਕ ਆਪਾਂ ਪਹਿਲਾਂ ਲਾਂਚ ਕਰਦੇ ਅਤੇ ਹੁਣ ਫਿਰ ਬਾਕੀ 1x1 ਸਾਰੇ ਕਰਾਂਗੇ। ਹਾਂਜੀ, ਪਰ ਹੋਰ ਵੀ ਆਪਾਂ ਗੱਲਾਂ ਕਰਾਂਗੇ ਹਰਵਿੰਦਰ ਭਾਅ ਜੀ, ਵਿਹਲਾ ਹੋ ਗਿਆ ਜੀ, ਇੱਕ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਕਿਤੇ ਨਹੀਂ ਜਾਣਾ ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ PTC ਸਪੋਟਲਾਈਟ ਦੇ ਵਿੱਚ। ਆਪਾਂ ਗੱਲਬਾਤ ਕਰ ਰਹੇ ਹਰਵਿੰਦਰ ਹੈਰੀ ਜੀ ਦੇ ਨਾਲ। ਹਰਵਿੰਦਰ ਜੀ, ਹੁਣ ਆਪਾਂ ਗੱਲ ਕਰਾਂਗੇ ਸਰਦਾਰ ਟਰੈਕ ਦੇ ਬਾਰੇ, ਕਿਉਂਕਿ ਇਸ ਤੋਂ ਪਹਿਲਾਂ ਇੱਕ ਹੋਰ ਸਿੰਗਲ ਟਰੈਕ ਆਇਆ ਸੀ ਤੁਹਾਡਾ ਸਰਦਾਰ ਜੀ। ਬਿਲਕੁਲ, ਉਸਦੇ ਬਾਰੇ ਸਾਨੂੰ ਦੱਸੋ ਜੀ, ਕਿਸ ਤਰ੍ਹਾਂ ਪਲੈਨਿੰਗ ਬਣੀ ਉਸਦੀ?
ਉਹ ਟਰੈਕ ਕਰਨ ਦੀ ਮੇਰੀ ਖੁਦ ਦੀ ਤਮੰਨਾ ਸੀ ਕਿਉਂਕਿ ਮੈਂ ਸਾਡੇ ਪੰਜਾਬੀਆਂ ਦਾ ਥੈਂਕਸ ਕਰਦਾ ਇਹ ਪੱਗ ਦੀ ਮਤਲਬ ਜਿਹੜੀ ਪੱਗੜੀ ਮੈਂ ਸਜਾਈ ਹੈ ਸਿਰ 'ਤੇ ਜੀ ਇਹ ਇਹਦਾ ਕਾਰਨ ਹੈ ਵੀ ਮੈਨੂੰ ਬਹੁਤ ਪਿਆਰ ਮਿਲਿਆ ਜੀ ਅਤੇ ਮੇਰਾ ਖੁਦ ਦਾ ਮਨ ਸੀਗਾ ਵੀ ਮੈਂ ਇਹ ਟਰੈਕ ਕਰਾਂ ਕੁਛ ਨਹੀਂ ਕੁਛ ਧਰਮ ਲਈ ਜਾਂ ਕੁਛ ਵੀ ਕੀਤਾ ਜਾਵੇ ਜਿੰਨਾ ਕੁ ਹੋ ਸਕਦਾ ਜੀ ਆਪਣੇ ਤੋਂ ਅਤੇ ਉਹ ਮੇਰਾ ਭਰਾ ਜੱਗਾ ਧਾਲੀ ਵਾਲੇ ਇੰਗਲੈਂਡ ਤੋਂ ਉਹਨਾਂ ਨੇ ਲਿਖਿਆ ਸੀਗਾ ਜੀ ਸਨੀ ਦਾ ਮਿਊਜ਼ਿਕ ਅਤੇ ਦੇਸੀ ਕਿਊਬ ਤੋਂ ਵੀਡੀਓ ਕੀਤਾ ਸੀਗਾ ਬਹੁਤ ਪਿਆਰ ਦਿੱਤਾ ਜੀ ਉਹਨਾਂ ਨੂੰ ਪਰ ਤੁਸੀਂ ਧਾਰਮਿਕ ਟਰੈਕ ਦੀ ਗੱਲ ਕੀਤੀ ਹੈ ਸਾਨੂੰ ਸੁਣਨ ਦੇ ਵਿੱਚ ਆਇਆ ਕਿ ਤੁਸੀਂ ਇੱਕ ਧਾਰਮਿਕ ਐਲਬਮ ਵੀ ਕੀਤੀ ਹੈ ਹਾਂਜੀ ਉਹ ਫਿਰ ਮਤਲਬ ਕਹਿੰਦੇ ਨੇ ਵੀ ਜਦੋਂ ਕੋਈ ਬੰਦਾ ਮਿਸਤਰੀ ਬਣ ਜੇ ਤਾਂ ਉਹਨੂੰ ਮਤਲਬ ਸੰਦ ਸਾਰੇ ਹੀ ਰੱਖਣੇ ਪੈਂਦੇ ਨੇ ਇਸ ਲਈ ਫਿਰ ਮੈਂ ਜਦੋਂ ਇਸ ਫੀਲਡ ਦੇ ਵਿੱਚ ਆਏ ਵੀ ਜਬ ਨਾਚੀ ਤਬ ਗੁੰਗੜ ਕੈਸਾ ਫਿਰ ਮੈਂ ਇੱਕ ਭਿੰਟਾ ਦੀ ਟੇਪ ਵੀ ਕੀਤੀ ਧਾਰਮਿਕ ਟਰੈਕ ਵੀ ਕੀਤੇ ਅਤੇ ਓਫਿਸ਼ੀਅਲੀ ਇਹ ਟਰੈਕ ਵੀ ਜੋ ਤੁਸੀਂ ਹੁਣ ਸੁਣ ਰਹੇ ਹੋ ਉਹ ਸਾਰੇ ਤਰ੍ਹਾਂ ਦਾ ਮਤਲਬ ਮੈਂ ਚਾਹੁੰਦਾ ਵੀ ਹਰੇਕ ਤਰ੍ਹਾਂ ਦੀ ਗਾਇਕੀ ਮੈਂ ਸਰੋਤਿਆਂ ਦੀ ਝੋਲੀ ਪਾਵਾਂ ਤੁਸੀਂ ਇੱਕ ਅਲੱਗ ਅਲੱਗ ਫਲੇਵਰ ਦੇ ਗੀਤ ਗਾਏ ਨੇ ਕਿਉਂਕਿ ਇਹਨਾਂ ਨੂੰ ਨਿਭਾਉਣਾ ਬਹੁਤ ਔਖਾ ਹੁੰਦਾ ਕਿਉਂਕਿ ਹਰ ਚੀਜ਼ ਤੁਸੀਂ ਟਰਾਈ ਕਰ ਚੁੱਕੇ ਹੋ ਤੁਸੀਂ ਧਾਰਮਿਕ ਵੀ ਗਾ ਚੁੱਕੇ ਹੋ ਤੁਸੀਂ ਦੂਸਰੇ ਵੀ ਗੀਤ ਗਾ ਚੁੱਕੇ ਹੋ ਪਰ ਇਸ ਨੂੰ ਮੇਨਟੇਨ ਕਰਨ ਦੇ ਲਈ ਕੁਛ ਸਪੈਸ਼ਲ ਮਤਲਬ ਰਿਆਜ਼ ਵੀ ਕਰਦੇ ਹੋ ਜਾਂ ਕਿਸ ਤਰ੍ਹਾਂ ਹਾਂਜੀ ਰਿਆਜ਼ ਤਾਂ ਫਿਰ ਤੁਹਾਨੂੰ ਪਤਾ ਕਰਨਾ ਪੈਂਦਾ ਜੀ ਕਿਉਂਕਿ ਅਲੱਗ ਅਲੱਗ ਜੇ ਤੁਸੀਂ ਮਤਲਬ ਸ਼ੋਜ਼ ਕਰਨੇ ਨੇ ਜਾਂ ਟੇਪ ਕਰਨੀ ਹੈ ਉਹਦੇ ਲਈ ਤੁਹਾਨੂੰ ਟਾਈਮ ਕੱਢਣਾ ਪੈਂਦਾ ਅਤੇ ਫਿਰ ਜਦੋਂ ਵੀ ਕੁਛ ਅਸੀਂ ਕਰਦੇ ਹਾਂ ਤਾਂ ਮਤਲਬ ਧਾਰਮਿਕ ਕਰਦੇ ਹਾਂ ਤਾਂ ਉਹਦੇ ਲਈ ਸਾਰੀ ਟੀਮ ਬੈਠਦੀ ਹੈ ਅਤੇ ਕੁਛ ਜਦੋਂ ਗਾਣੇ ਕਰਦੇ ਹਾਂ ਤਾਂ ਉਹਦੇ ਲਈ ਸਾਰੇ ਅਲੱਗ ਅਲੱਗ ਪਲੈਨਿੰਗ ਹੁੰਦੀ ਹੈ ਜੀ ਜ਼ਰੂਰ ਤੁਸੀਂ ਗੱਲ ਕੀਤੀ ਹੈ ਸ਼ੋਜ਼ ਦੀ ਜੀ ਬਿਲਕੁਲ ਸ਼ੋਜ਼ ਦੇ ਲਈ ਪ੍ਰੋਪਰ ਅਪਡੇਟ ਰਹਿਣਾ ਵੀ ਪੈਂਦਾ ਜੀ ਬਿਲਕੁਲ ਸ਼ੋਜ਼ ਦੀ ਮੈਂ ਗੱਲ ਕਰਾਂ ਤਾਂ ਤੁਸੀਂ ਕਿੱਥੇ ਕਿੱਥੇ ਪਰਫਾਰਮ ਕਰ ਚੁੱਕੇ ਹੋ ਸਭ ਤੋਂ ਪਹਿਲਾਂ ਤਾਂ PTC ਦੀ ਕਰ ਚੁੱਕੇ ਉਹ ਤਾਂ ਸਾਰੇ ਜਾਣਦੇ ਨੇ ਕਿਉਂਕਿ ਉਹਨਾਂ ਦੀ ਬਦੌਲਤ ਹੀ ਅੱਜ ਜੋ ਵੀ ਆ ਸਾਡੇ PTC ਨੇ ਬਹੁਤ ਜ਼ਿਆਦਾ ਹੈਲਪ ਕੀਤੀ ਬਾਕੀ ਜਿੰਨੇ ਵੀ ਸਾਡਾ ਮਤਲਬ ਸਰਕਲ ਹੁੰਦਾ ਨਾ ਜਿੱਥੋਂ ਜਿੱਥੋਂ ਬੁਕਿੰਗ ਹੁੰਦੀ ਉੱਥੇ ਉੱਥੇ ਅਸੀਂ ਸ਼ੋਅ ਕਰਦੇ ਹਾਂ ਜਾ ਕੇ ਕੋਈ ਵੀ ਇਹੋ ਜਿਹੀ ਮੈਮੋਰੇਬਲ ਮੂਮੈਂਟ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਵੇ ਸ਼ੋਜ਼ ਦੇ ਦੌਰਾਨ ਜੋ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਬਿਲਕੁਲ ਮੈਂ ਇੱਕ ਵਾਰ ਦੀ ਗੱਲ ਮੈਂ ਸ਼ੋਅ ਕਰਨ ਗਿਆ ਜੀ ਨਕੋਦਰ ਅੱਛਾ ਜੀ ਜਿੱਥੇ ਮਤਲਬ ਬਹੁਤ ਵੱਡੇ ਸਾਈ ਜੀ ਹੋਏ ਬਾਬਾ ਲਾਡੀ ਸਾਈ ਜੀ ਅਤੇ ਮਤਲਬ ਮੈਨੂੰ ਕਿਸੇ ਨੇ ਫੋਨ ਕੀਤਾ ਜੀ ਕਹਿੰਦਾ ਭਾਅ ਜੀ ਵੀ ਤੁਸੀਂ ਸ਼ੋਅ ਕਰਨਾ ਉੱਥੇ ਵੀ ਮਤਲਬ ਪੇਮੈਂਟ ਵੀ ਕੋਈ ਨਹੀਂ ਮੰਗਣੀ ਅੱਛਾ ਅਤੇ ਜਾਣਾ ਵੀ ਤੁਸੀਂ ਜ਼ਰੂਰ ਹੈ ਅੱਛਾ ਅਤੇ ਮੈਂ ਚਲਿਆ ਗਿਆ ਜੀ ਮੈਂ ਕਿਹਾ ਕੋਈ ਗੱਲ ਨਹੀਂ ਭਾਅ ਜੀ ਉਹ ਬਹੁਤ ਵੱਡੇ ਭਾਅ ਜੀ ਬਿੱਟੂ ਭਾਅ ਜੀ ਖੰਨੇ ਤੋਂ ਮਤਲਬ ਉਹਨਾਂ ਦਾ ਮੈਂ ਬਹੁਤ ਰਿਗਾਰਡ ਕਰਦਾ ਜੀ ਅਤੇ ਜਦੋਂ ਮੈਂ ਉੱਥੇ ਗਿਆ ਜੀ ਮਤਲਬ ਉੱਥੇ ਸਾਈ ਲੋਕ ਬੈਠੇ ਸੀਗੇ ਅਤੇ ਉਹ ਦੇਖਦੇ ਵੀ ਸਰਦਾਰ ਬੰਦਾ ਹੈਗਾ ਕਿਉਂਕਿ ਉਹ ਸਾਈਆਂ ਦੀ ਮਹਿਫਲ ਇਸੇ ਸਰਦਾਰ ਨੂੰ ਕਰਨੀ ਉਹ ਬਹੁਤ ਔਖੀ ਹੈ ਬਟ ਮੈਂ ਜਦੋਂ ਪਰਫੋਰਮ ਕੀਤਾ ਅਤੇ ਮੈਨੂੰ ਇੰਨਾ ਕੁ ਪਿਆਰ ਮਿਲਿਆ ਜੀ ਮੈਨੂੰ ਅੱਜ ਵੀ ਉਹ ਮਤਲਬ ਪ੍ਰੋਗਰਾਮ ਯਾਦ ਹੈ ਕਿ ਮੈਨੂੰ ਉਹਨਾਂ ਸਾਈਆਂ ਲੋਕਾਂ ਨੇ ਹੱਥਾਂ 'ਤੇ ਚੱਕ ਲਿਆ ਸੀ ਕੀ ਬਾਤ ਹੈ ਜੀ ਇੰਨਾ ਪਿਆਰ ਦਿੱਤਾ ਉਹ ਅੱਜ ਤੱਕ ਨਹੀਂ ਮੈਂ ਭੁੱਲ ਸਕਿਆ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਵਧੀਆ ਜੀ ਹਰਵਿੰਦਰ ਜੀ ਇਸ ਦੇ ਨਾਲ ਹੀ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਤੁਹਾਡਾ ਬੜਾ ਸਾਥ ਦਿੱਤਾ ਜੀ ਬਿਲਕੁਲ ਜੋ ਸੋਚ ਜਿਨ੍ਹਾਂ ਦੇ ਬਗੈਰ ਮਤਲਬ ਤੁਸੀਂ ਸੋਚਦੇ ਹੋ ਕਿ ਇਹ ਚੀਜ਼ ਪੋਸੀਬਲ ਨਹੀਂ ਹੋ ਸਕਦੀ ਸੀ ਬਿਲਕੁਲ ਸਰ ਸਭ ਤੋਂ ਪਹਿਲਾਂ ਤਾਂ ਮੇਰੀ ਫੈਮਿਲੀ ਜੀ ਅਤੇ ਉਸ ਤੋਂ ਬਾਅਦ ਮੇਰੇ ਰੱਬ ਵਰਗੇ ਯਾਰ ਦੋਸਤ ਜਿਨ੍ਹਾਂ ਦੀ ਬਦੌਲਤ ਅੱਜ ਮਤਲਬ ਮੈਂ ਹਰਵਿੰਦਰ ਤੋਂ ਹਰਵਿੰਦਰ ਹੈਰੀ ਬਣਿਆ ਅਤੇ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਵੱਡਾ ਭਾਈ ਮੇਰਾ ਮੈਂ ਪਹਿਲਾਂ ਨਾਂ ਲੈ ਕੇ ਹਟਿਆ ਦਵਿੰਦਰ ਜੀ ਅਤੇ ਸਨੀ ਔਜਲਾ ਹੁਣ ਜਿਹੜੀ ਸਾਡੀ ਟੀਮ ਬਣੀ ਹੈ ਨਿੰਮਾ ਮੇਰਾ ਭਰਾ ਦਲਵੀਰ ਡਾਕਟਰ ਸਾਰੀ ਮਤਲਬ ਸਾਡੀ ਟੀਮ ਹੈ ਜੀ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇੱਥੇ ਇਸ ਸਟੇਜ 'ਤੇ ਪਹੁੰਚਿਆ ਕਿਆ ਬਾਤ ਹੈ ਅੱਗੇ ਕੀ ਉਹਨਾਂ ਦਾ ਦੇਣਾ ਨਹੀਂ ਕਦੇ ਦੇ ਸਕਦੇ ਜੀ ਵਾਹ ਜੀ ਵਾਹ ਬਿਲਕੁਲ ਕਿਉਂਕਿ ਜ਼ਿੰਦਗੀ ਦੇ ਵਿੱਚ ਬੜੇ ਖਾਸ ਲੋਕ ਹੁੰਦੇ ਨੇ ਬਿਲਕੁਲ ਜਿਨ੍ਹਾਂ ਦੇ ਬਗੈਰ ਤੁਸੀਂ ਕੁਛ ਨਹੀਂ ਹੁੰਦੇ ਬਿਲਕੁਲ ਸੋ ਇਹ ਰੱਬ ਦੇ ਹੀ ਬੰਦੇ ਹੁੰਦੇ ਨੇ ਉਹਨਾਂ ਨੇ ਹੀ ਕਨੈਕਟਿਵਿਟੀ ਕੀਤੀ ਹੁੰਦੀ ਹੈ ਜੀ ਬਿਲਕੁਲ ਸਭ ਇਹੀ ਹੈ ਜੀ ਅਤੇ ਇਸ ਦੇ ਨਾਲ ਫ੍ਰੀ ਟਾਈਮ ਤੁਸੀਂ ਕੀ ਕਰਨਾ ਪਸੰਦ ਕਰਦੇ ਹੋ ਫ੍ਰੀ ਟਾਈਮ ਮੈਂ ਰਿਆਜ਼ ਹੀ ਕਰਦਾ ਜੀ ਰਿਆਜ਼ ਹੀ ਕਰਦੇ ਹੋ ਜੀ ਬਿਲਕੁਲ ਘਰੇ ਮਤਲਬ ਮੈਨੂੰ ਜ਼ਿਆਦਾ ਕੋਈ ਸ਼ੌਂਕ ਨਹੀਂ ਹੈਗਾ ਘੁੰਮਣ ਫਿਰਨ ਦਾ ਬਟ ਜਦੋਂ ਕਿਤੇ ਫ੍ਰੀ ਹੁੰਦੇ ਹਾਂ ਸ਼ੋਜ਼ ਤੋਂ ਬਾਅਦ ਫਿਰ ਆਪਣਾ ਘਰੇ ਜਿਵੇਂ ਵੀ ਦਾ ਮਾਹੌਲ ਹੁੰਦਾ ਉਸ ਟਾਈਮ ਬੈਠ ਕੇ ਆਪਣਾ ਮਸਤੀ ਕਰੀਦੀ ਹੈ ਗੱਬ ਜਾ ਕੇ ਹਰਵਿੰਦਰ ਜੀ ਤੁਸੀਂ ਸਾਨੂੰ ਦੱਸਿਆ ਸੀਗਾ ਕਿ 4 ਟਰੈਕ ਹੋਰ ਤੁਸੀਂ ਲੈ ਕੇ ਆ ਰਹੇ ਹੋ ਬਹੁਤ ਜਲਦ ਜੀ ਬਿਲਕੁਲ ਅਤੇ ਜੇ ਮੈਂ ਤੁਹਾਡੇ ਤੋਂ ਪੁੱਛਿਆ ਕਿ ਇਹਨਾਂ 4 ਟਰੈਕ ਦੇ ਵਿੱਚੋਂ ਕੋਈ ਵੀ ਇੱਕ ਟਰੈਕ ਤੁਸੀਂ ਸਾਨੂੰ ਸੁਣਾਓ ਤਾਂ ਮਜ਼ਾ ਆ ਜਾਏਗਾ ਜੀ ਹਾਂਜੀ ਮੈਂ ਖੁਦ ਚਾਹੂੰਗਾ ਕਿ ਮੈਂ ਤੁਹਾਨੂੰ ਸੁਣਾਵਾਂ ਕਿਉਂਕਿ ਜੇ ਤੁਸੀਂ ਸਿਲੈਕਟ ਕਰਤਾ ਉਹ ਟਰੈਕ ਵੈਸੇ ਹੀ ਚੱਲ ਜਾਣਾ ਮੈਂ ਅੱਜ ਦੀ ਯੂਥ ਦੇ ਅਕੋਰਡ ਉਹ ਟਰੈਕ ਕੀਤਾ ਮਤਲਬ ਅਕੋਰਡਿੰਗ ਮੈਂ ਰਮਜ਼ਾਨ ਛਪਾਰ ਦਾ ਹੀ ਲਿਖਿਆ ਜੀ ਅਤੇ ਮੈਂ ਤੁਹਾਨੂੰ ਸੁਣਾਉਣਾ ਜੀ ਤੁਹਾਨੂੰ ਜ਼ਰੂਰ ਕਿ ਪਿੰਡ ਦਾ ਮੁੰਡਾ ਅਤੇ ਸ਼ਹਿਰ ਦੀ ਕੁੜੀ ਹੈ ਅਤੇ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਚੱਲਦੀ ਨੇ ਉਹ ਮੁੰਡਾ ਕੀ ਕਹਿ ਰਿਹਾ ਕੁੜੀ ਨੂੰ ਵੀ ਅੱਖ ਤੇਰੀ ਖੁੱਲਦੀ ਹੈ ਸਿਖਰ ਦੁਪਹਿਰ 'ਚ ਉਹ ਵੱਟਾਂ ਨੂੰ ਸ਼ਿੰਗਾਰਦਾ ਮੈਂ ਤੜਕੇ ਦੇ ਪੈਰ 'ਚ ਟੱਬ 'ਚ ਨਵਾਵੇਂ ਤੂੰ ਫੁਫਾਰੇ ਹੇਠਾਂ ਪੱਗ ਨੂੰ ਮੱਝਾਂ ਉੱਤੇ ਤਾਰੀ ਬੈਠ ਲਾਵਾਂ ਨਹੀਂ ਮੈਂ ਨਹਿਰ 'ਚ ਮਾਰ ਕੇ ਮੰਡਾਸਾ ਜਿਹਾ ਸਿਰ ਉੱਤੇ ਪਰਨੇ ਦਾ ਹੌਲੀ ਹੌਲੀ ਰੇੜੇ ਵਾਂਗੂ ਰੁੜੇ ਆਹੀ ਦਾ
ਜਿਹੜੇ ਵੇਲੇ ਲਾਉਣੀ ਏ ਤੂੰ ਯੋਗਾ ਦੀ ਕਲਾਸ, ਅਸੀਂ ਉਸ ਵੇਲੇ ਪੱਠੇ ਲੈ ਕੇ ਮੁੜ ਆਈ ਦਾ। ਜਿਹੜੇ ਵੇਲੇ ਲਾਉਣੀ ਏ ਤੂੰ ਯੋਗਾ ਦੀ ਕਲਾਸ, ਅਸੀਂ ਉਸ ਵੇਲੇ ਪੱਠੇ ਲੈ ਕੇ ਮੁੜ ਆਈ ਦਾ। ਸੋ ਇਸ ਦੇ ਲਈ ਅਸੀਂ ਵਾਕਈ ਜੀ ਤੁਹਾਨੂੰ ਢੇਰ ਸਾਰੀ ਵਿਸ਼ ਦੇਣਾ ਚਾਹਾਂਗੇ ਕਿ ਜਿਵੇਂ ਇਸ ਟਰੈਕ ਨੂੰ ਪਿਆਰ ਮਿਲਿਆ, ਇਸ ਤੋਂ ਹੋਰ ਵਧੀਆ ਪਿਆਰ ਤੁਹਾਡੇ ਆਉਣ ਵਾਲੇ ਟਰੈਕਸ ਨੂੰ ਮਿਲੇ। ਪੂਰਾ PTC ਨੈਟਵਰਕ ਤੁਹਾਨੂੰ ਢੇਰ ਸਾਰੀ ਵਿਸ਼ ਦਿੰਦਾ ਜੀ। ਥੈਂਕ ਯੂ ਕਰਦਾ ਜੀ ਮੈਂ ਆਪਣੇ ਵੱਲੋਂ ਤੁਹਾਡਾ ਅਤੇ ਸਾਰੇ PTC ਦਾ ਅਤੇ ਮੇਰੇ ਸਰੋਤਿਆਂ ਦਾ, ਅਤੇ ਤੁਹਾਨੂੰ ਸਪੈਸ਼ਲੀ ਥੈਂਕਸ, ਤੁਸੀਂ ਇੱਥੇ ਬੁਲਾ ਕੇ ਮੈਨੂੰ ਬਹੁਤ ਪਿਆਰ ਦਿੱਤਾ। ਥੈਂਕ ਯੂ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਹਰਵਿੰਦਰ ਜੀ, ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ। ਸਤਿ ਸ਼੍ਰੀ ਅਕਾਲ ਜੀ। ਅਸੀਂ ਲੱਖਾਂ 'ਚੋਂ ਪਛਾਣੇ ਦੂਰੋਂ ਜਾਂਦੇ ਹਾਂ, ਸਿਰ ਬੰਨੀ ਹੋਵੇ ਸੋਹਣੀ ਦਸਤਾਰ ਜੀ। ਲਓ ਜੀ ਦੋਸਤੋ, ਇਹ ਸੀ ਸਾਡੀ ਖਾਸ ਮੁਲਾਕਾਤ ਹਰਵਿੰਦਰ ਹੈਰੀ ਦੇ ਨਾਲ। ਮੈਂ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਵੇਗੀ। ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗਾ ਕੁਝ ਖਾਸ ਸ਼ਖਸੀਅਤਾਂ ਦੇ ਨਾਲ। ਤਦ ਤੱਕ ਦੇ ਦਿਓ PTC ਚੱਕਦੇ, ਦਿਓ ਜੀ ਆਪਣੇ ਸਾਹਿਲ ਵਿਡੋਲੀਆ ਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।